ਇੱਕ ਸਿਰਫਿਰੇ ਆਸ਼ਿਕ ਦੀ ਹਸਪਤਾਲ ਦੇ ਵਿੱਚ ਚੱਪਲਾਂ ਦੇ ਨਾਲ ਕੁਟਾਈ ਹੋਈ ਹੈ। ਦਰਅਸਲ ਇਸ ਆਸ਼ਿਕ ਦੇ ਉੱਤੇ ਇਲਜ਼ਾਮ ਲਗਾਏ ਨੇ ਇੱਕ ਔਰਤ ਨੇ ਕਿ ਉਹ ਇੱਕ ਮਰੀਜ਼ ਦੇ ਨਾਲ ਇਲਾਜ ਕਰਵਾਉਣ ਦੇ ਲਈ ਹਸਪਤਾਲ ਦੇ ਵਿੱਚ ਆਈ ਸੀ, ਪਰ ਇਸ ਲੜਕੇ ਦੇ ਵੱਲੋਂ ਉਸਨੂੰ ਪਹਿਲਾਂ ਤਾਂ ਗਲਤ ਇਸ਼ਾਰੇ ਕੀਤੇ ਗਏ ਅਤੇ ਬਾਅਦ ਦੇ ਵਿੱਚ ਉਸਨੇ 500 ਰੁਪਏ ਦੇ ਵਿੱਚ ਉਸਨੂੰ ਆਪਣੇ ਨਾਲ ਲੈ ਕੇ ਜਾਣ ਦੀ ਗੱਲ ਕਹੀ, ਤਾਂ ਜਿਸ ਤੋਂ ਬਾਅਦ ਔਰਤ ਨੇ ਉਸਦੀ ਚੱਪਲਾਂ ਦੇ ਨਾਲ ਧੁਨਾਈ ਕੀਤੀ। ਹਾਲਾਂਕਿ ਮੌਕੇ ਦੇ ਉੱਤੇ ਹੀ ਪੁਲਿਸ ਨੂੰ ਵੀ ਬੁਲਾਇਆ ਗਿਆ ਅਤੇ ਪੁਲਿਸ ਨੇ ਉਸ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ। ਤਾਂ ਦੱਸ ਦਈਏ ਕਿ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਸਨਕੀ ਆਸ਼ਿਕ ਨੂੰ ਗਲਤ ਇਸ਼ਾਰੇ ਕਰਨੇ ਮਹਿੰਗੇ ਪੈ ਗਏ ਅਤੇ ਇੱਕ ਔਰਤ ਨੇ ਉਸਦੀ ਚੱਪਲਾਂ ਦੇ ਨਾਲ ਧੁਨਾਈ ਕਰ ਦਿੱਤੀ। ਮਾਮਲਾ ਬਿਹਾਰ ਤੋਂ ਸਾਹਮਣੇ ਆਇਆ। 500 ਰੁਪਏ ਲੈ ਬੂ ਚਲ ਬੂ ਹੋ ਨਕੀ ਹੋ ਉਗਰ ਬਸ ਤੇ ਲਗਨੀ ਹਮ ਕਰ ਕੇ ਦਵਾ ਕ ਮਾਰ ਕੋਨੇ ਰਤੇ ਨਿਸ਼ਾਨ ਕਾ ਨਾ ਮਰੋ ਉਰ ਮੇ ਲਾ ਦੇ ਦੀ ਕਹਾ ਘਰੋ ਮੀਰ ਕੋ ਹਮ ਸਾ ਚਾਲ ਕਾ ਕੰਮ ਕਰੀ ਗੇ ਆ ਮੈਂ ਕੋ 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 ਇੱਕ ਸਿਰਫਿਰੇ ਆਸ਼ਿਕ ਦੀ ਹਸਪਤਾਲ ਦੇ ਵਿੱਚ ਚੱਪਲਾਂ ਦੇ ਨਾਲ ਕੁਟਾਈ ਹੋਈ ਹੈ। ਦਰਅਸਲ ਇਸ ਆਸ਼ਿਕ ਦੇ ਉੱਤੇ ਇਲਜ਼ਾਮ ਲਗਾਏ ਨੇ ਇੱਕ ਔਰਤ ਨੇ ਕਿ ਉਹ ਇੱਕ ਮਰੀਜ਼ ਦੇ ਨਾਲ ਇਲਾਜ ਕਰਵਾਉਣ ਦੇ ਲਈ ਹਸਪਤਾਲ ਦੇ ਵਿੱਚ ਆਈ ਸੀ, ਪਰ ਇਸ ਲੜਕੇ ਦੇ ਵੱਲੋਂ ਉਸਨੂੰ ਪਹਿਲਾਂ ਤਾਂ ਗਲਤ ਇਸ਼ਾਰੇ ਕੀਤੇ ਗਏ ਅਤੇ ਬਾਅਦ ਦੇ ਵਿੱਚ ਉਸਨੇ 500 ਰੁਪਏ ਦੇ ਵਿੱਚ ਉਸਨੂੰ ਆਪਣੇ ਨਾਲ ਲੈ ਕੇ ਜਾਣ ਦੀ ਗੱਲ ਕਹੀ, ਤਾਂ ਜਿਸ ਤੋਂ ਬਾਅਦ ਔਰਤ ਨੇ ਉਸਦੀ ਚੱਪਲਾਂ ਦੇ ਨਾਲ ਧੁਨਾਈ ਕੀਤੀ। ਹਾਲਾਂਕਿ ਮੌਕੇ ਦੇ ਉੱਤੇ ਹੀ ਪੁਲਿਸ ਨੂੰ ਵੀ ਬੁਲਾਇਆ ਗਿਆ ਅਤੇ ਪੁਲਿਸ ਨੇ ਉਸ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ। ਤਾਂ ਦੱਸ ਦਈਏ ਕਿ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਸਨਕੀ ਆਸ਼ਿਕ ਨੂੰ ਗਲਤ ਇਸ਼ਾਰੇ ਕਰਨੇ ਮਹਿੰਗੇ ਪੈ ਗਏ ਅਤੇ ਇੱਕ ਔਰਤ ਨੇ ਉਸਦੀ ਚੱਪਲਾਂ ਦੇ ਨਾਲ ਧੁਨਾਈ ਕਰ ਦਿੱਤੀ। ਮਾਮਲਾ ਬਿਹਾਰ ਤੋਂ ਸਾਹਮਣੇ ਆਇਆ। 500 ਰੁਪਏ ਲੈ ਬੂ ਚਲ ਬੂ ਹੋ ਨਕੀ ਹੋ ਉਗਰ ਬਸ ਤੇ ਲਗਨੀ ਹਮ ਕਰ ਕੇ ਦਵਾ ਕ ਮਾਰ ਕੋਨੇ ਰਤੇ ਨਿਸ਼ਾਨ ਕਾ ਨਾ ਮਰੋ ਉਰ ਮੇ ਲਾ ਦੇ ਦੀ ਕਹਾ ਘਰੋ ਮੀਰ ਕੋ ਹਮ ਸਾ ਚਾਲ ਕਾ ਕੰਮ ਕਰੀ ਗੇ